ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਆਰ ਬੀ ਇੰਡੀਆ ਟੀ ਵੀ ਨਿਊਜ਼। ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਨਕੋਦਰ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨਤਮਸਤਕ ਹੋਏ। ਉਹਨਾਂ ਦੇ ਨਾਲ ਹੋਰ ਵੀ ਨਕੋਦਰ ਸ਼ਹਿਰ ਦੇ ਪਤਵੰਤੇ ਸੱਜਣ ਉਹਨਾਂ ਦੇ ਨਾਲ ਉਹਨਾਂ ਨੇ ਦਰਬਾਰ ਦੇ ਵਿੱਚ ਮੱਥਾ ਟੇਕਿਆ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਔਰ ਦਰਬਾਰ ਦੇ ਨਕੋਦਰ ਦੇ ਸੇਵਾਦਾਰ ਹੋਰ ਵੀ ਕਈ ਪਤਵੰਤੇ ਸੱਜਣ ਉਹਨਾਂ ਦੇ ਨਾਲ ਜਿਹੜੇ ਆ ਨਤਮਸਤਕ ਹੁਣ ਇੱਥੇ ਪਹੁੰਚੇ ਆ। ਤਸਵੀਰਾਂ ਤੁਸੀਂ ਦੇਖ ਰਹੇ ਹੋ। ਇਸ ਵੀਡੀਓ ਨੂੰ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਆ। ਧੰਨਵਾਦ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਚੰਨੀ ਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਨਕੋਦਰ ਵਿੱਚ ਪਹੁੰਚੇ ਆ ਔਰ ਤਸਵੀਰਾਂ ਤੁਸੀਂ ਆਰ ਬੀ ਇੰਡੀਆ ਟੀ ਵੀ ਨਿਊਜ਼ 'ਤੇ ਦੇਖ ਰਹੇ ਹੋ। ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਨਕੋਦਰ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਮਣੀ ਮਣੀ ਪਿੱਛੇ ਰਹਿ ਜਾਂਦਾ ਜੀ। ਜਸਵਿੰਦਰ ਸਿੰਘ
ਅਜੀ ਭਾਜੀ 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 ਭਾਅ ਨਾਲ ਹੋ ਸ਼ਰਮਾ ਜੀ ਨਾਲ ਹੋ ਬਾਬਾ ਲਾਲ ਬਾਦਸ਼ਾਹ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਏ ਹੈ, ਨਤਮਸਤਕ ਹੋਏ ਹੈ। ਇੱਥੇ ਹਰ ਕਿਸੇ ਨੂੰ ਮੁਰਾਦਾਂ ਮਿਲਦੀਆਂ ਅਤੇ ਮੇਰੀ ਇਹੀ ਅਰਦਾਸ ਹੈ ਕਿ ਇੱਥੋਂ ਲੋਕ ਆ ਕੇ ਮੁਰਾਦਾਂ ਲੈਂਦੇ ਰਹਿਣ। ਮੈਂ ਵੀ ਅਰਦਾਸ ਕੀਤੀ ਹੈ ਬਾਬਾ ਜੀ ਸਫਲ ਕਰਨਗੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸਾਡੇ ਸਾਬਕਾ CM ਸਾਹਿਬ, ਸਾਡੇ ਇੱਥੋਂ ਦੇ ਲੋਕ ਸਭਾ ਦੇ ਕੈਂਡੀਡੇਟ ਚਰਨਜੀਤ ਸਿੰਘ ਚੰਨੀ ਜੀ, ਜੋ ਬਹੁਤ ਨਿਮਰਤਾ ਸਹਿਤ ਇੱਥੇ ਨਤਮਸਤਕ ਹੋਏ ਔਰ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਬਾਪੂ ਲਾਲ ਬਾਦਸ਼ਾਹ ਦਰਬਾਰ ਦੇ ਵਿੱਚ ਕਿ ਚੜ੍ਹਦੀ ਕਲਾ ਰਵੇ। ਅੱਜ ਸਾਬਕਾ CM ਸਰਦਾਰ ਚਰਨਜੀਤ ਸਿੰਘ ਜੀ ਚੰਨੀ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਦੇ ਵਿੱਚ ਮੱਥਾ ਟੇਕ ਕੇ ਗਏ ਆ, ਔਰ ਸਾਰੇ ਦਰਬਾਰ ਦੀ ਪ੍ਰਬੰਧਕ ਕਮੇਟੀ ਨੇ ਉਹਨਾਂ ਦਾ ਵੈਲਕਮ ਕੀਤਾ। ਔਰ ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਵੀ ਜਿਹੜੀ ਕਾਮਨਾਵਾਂ ਲੈ ਕੇ ਆਏ ਉਹਨਾਂ ਦੀਆਂ ਕਾਮਨਾਵਾਂ ਜਿਹੜੀਆਂ ਉਹ ਪੂਰੀਆਂ ਹੋਣ।